ਸਾਮੀਆਂ ਨਾਂ ਦੀ ਲੜਕੀ ਹੈ, ਜੋ ਮੁੰਡਾ ਆਪਣਾ ਜੈਪਾਲ ਇਹਦੇ ਨਾਲ ਫੇਰ ਹੋ ਗਿਆ ਸੀ। ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਇਹ ਸਾਮੀਆਂ ਨਾਂ ਦੀ ਲੜਕੀ ਹੈ, ਜੌੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ, ਇਹਦੇ ਨਾਲ ਫੇਰ ਹੋ ਗਿਆ ਸੀ। ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ 'ਚ ਲੈ ਕੇ ਉਹਨੂੰ ਜਾਂਦਾ ਰਿਹਾ ਕੁੜੀ ਨੂੰ। ਬਾਅਦ 'ਚ ਸਾਡੇ ਕੋਲੋਂ ਇਹਨਾਂ ਦੀ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3-4-24 ਨੂੰ, ਕਿ ਇੱਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ, ਕਿ ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ, ਤੇ ਕੁੜੀ ਦੇ 164 ਦੇ ਬਿਆਨ ਕਰਾਏ ਗਏ। 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਟ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ। ਇਹਦੇ ਵਿੱਚ 376 ਤੇ 6 ਪੋਸਟਕਟ, 363, 366 IPC ਦਾ ਪਰਚਾ ਦਰਜ ਕੀਤਾ। ਇਹਨਾਂ ਦੀ ਉਮਰ ਕਿੰਨੀ ਸੀ? ਇਹਦੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ, ਜਿੱਦਾਂ ਕਿ ਅਸੀਂ ਬਾਕੀ ਡੋਗ ਦਾ ਸਕੂਲ ਤੋਂ ਰਿਕਾਰਡ ਹਾਸਲ ਕਰ ਰਹੇ ਹਾਂ। ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਰ ਕੋਈ ਕਹਿ ਰਹੇ ਸੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰਾਜੀਨਾਮਾ 35,000 ਦੇ ਹੋਇਆ ਸੀ? ਇਹਨਾਂ ਨੇ ਆਪਸ ਚ ਬਾਰ ਬਾਰ ਕੋਈ ਕੀਤਾ ਹੋਵੇ ਕੀਤਾ ਹੋਵੇ, ਜੇ ਪਰ ਤਫਤੀਸ਼ ਜਾਰੀ ਹੈ, ਤਫਤੀਸ਼ ਸਾਰੇ ਤਫ ਲਿਆਵਾਂਗੇ ਜੋ ਵੀ ਹੈ। ਸਾਮੀਆਂ ਨਾਂ ਦੀ ਲੜਕੀ ਹੈ, ਜੋ ਮੁੰਡਾ ਆਪਣਾ ਜੈਪਾਲ ਇਹਦੇ ਨਾਲ ਫੇਰ ਹੋ ਗਿਆ ਸੀ। ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਇਹ ਸਾਮੀਆਂ ਨਾਂ ਦੀ ਲੜਕੀ ਹੈ, ਜੌੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ, ਇਹਦੇ ਨਾਲ ਫੇਰ ਹੋ ਗਿਆ ਸੀ। ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ 'ਚ ਲੈ ਕੇ ਉਹਨੂੰ ਜਾਂਦਾ ਰਿਹਾ ਕੁੜੀ ਨੂੰ। ਬਾਅਦ 'ਚ ਸਾਡੇ ਕੋਲੋਂ ਇਹਨਾਂ ਦੀ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3-4-24 ਨੂੰ, ਕਿ ਇੱਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ, ਕਿ ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ, ਤੇ ਕੁੜੀ ਦੇ 164 ਦੇ ਬਿਆਨ ਕਰਾਏ ਗਏ। 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਟ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ। ਇਹਦੇ ਵਿੱਚ 376 ਤੇ 6 ਪੋਸਟਕਟ, 363, 366 IPC ਦਾ ਪਰਚਾ ਦਰਜ ਕੀਤਾ। ਇਹਨਾਂ ਦੀ ਉਮਰ ਕਿੰਨੀ ਸੀ? ਇਹਦੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ, ਜਿੱਦਾਂ ਕਿ ਅਸੀਂ ਬਾਕੀ ਡੋਗ ਦਾ ਸਕੂਲ ਤੋਂ ਰਿਕਾਰਡ ਹਾਸਲ ਕਰ ਰਹੇ ਹਾਂ। ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਰ ਕੋਈ ਕਹਿ ਰਹੇ ਸੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰਾਜੀਨਾਮਾ 35,000 ਦੇ ਹੋਇਆ ਸੀ? ਇਹਨਾਂ ਨੇ ਆਪਸ ਚ ਬਾਰ ਬਾਰ ਕੋਈ ਕੀਤਾ ਹੋਵੇ ਕੀਤਾ ਹੋਵੇ, ਜੇ ਪਰ ਤਫਤੀਸ਼ ਜਾਰੀ ਹੈ, ਤਫਤੀਸ਼ ਸਾਰੇ ਤਫ ਲਿਆਵਾਂਗੇ ਜੋ ਵੀ ਹੈ। ਸਾਮੀਆਂ ਨਾਂ ਦੀ ਲੜਕੀ ਹੈ, ਜੋ ਮੁੰਡਾ ਆਪਣਾ ਜੈਪਾਲ ਇਹਦੇ ਨਾਲ ਫੇਰ ਹੋ ਗਿਆ ਸੀ। ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਇਹ ਸਾਮੀਆਂ ਨਾਂ ਦੀ ਲੜਕੀ ਹੈ, ਜੌੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ, ਇਹਦੇ ਨਾਲ ਫੇਰ ਹੋ ਗਿਆ ਸੀ। ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ 'ਚ ਲੈ ਕੇ ਉਹਨੂੰ ਜਾਂਦਾ ਰਿਹਾ ਕੁੜੀ ਨੂੰ। ਬਾਅਦ 'ਚ ਸਾਡੇ ਕੋਲੋਂ ਇਹਨਾਂ ਦੀ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3-4-24 ਨੂੰ, ਕਿ ਇੱਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ, ਕਿ ਮੇਰੀ ਲੜਕੀ ਨੂੰ ਇੱਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ। ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ, ਤੇ ਕੁੜੀ ਦੇ 164 ਦੇ ਬਿਆਨ ਕਰਾਏ ਗਏ। 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਟ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ। ਇਹਦੇ ਵਿੱਚ 376 ਤੇ 6 ਪੋਸਟਕਟ, 363, 366 IPC ਦਾ ਪਰਚਾ ਦਰਜ ਕੀਤਾ। ਇਹਨਾਂ ਦੀ ਉਮਰ ਕਿੰਨੀ ਸੀ? ਇਹਦੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ, ਜਿੱਦਾਂ ਕਿ ਅਸੀਂ ਬਾਕੀ ਡੋਗ ਦਾ ਸਕੂਲ ਤੋਂ ਰਿਕਾਰਡ ਹਾਸਲ ਕਰ ਰਹੇ ਹਾਂ। ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਰ ਕੋਈ ਕਹਿ ਰਹੇ ਸੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰਾਜੀਨਾਮਾ 35,000 ਦੇ ਹੋਇਆ ਸੀ?
ਇਹਨਾਂ ਨੇ ਆਪਸ ਚ ਬਾਰ ਬਾਰ ਕੋਈ ਕੀਤਾ ਹੋਵੇ ਕੀਤਾ ਹੋਵੇ, ਪਰ ਤਫਤੀਸ਼ ਜਾਰੀ ਹੈ, ਤਫਤੀਸ਼ ਸਾਰੇ ਤੱਪ ਲਿਆਵਾਂਗੇ ਜੋ ਵੀ ਹੈ।